ਮੋਟਰਸਾਈਕਲ ਚੋਰੀ ਕਰਦਾ ਤੇ ਸਮਝਦਾ ਆਹ ਦੇਖ ਲਓ ਅੰਮ੍ਰਿਤ ਸਾਹਿਬ ਸਕਿਆ ਸ੍ਰੀ ਸਾਹਿਬ ਪਾਇਆ ਹੋਇਆ ਆਪਣੇ ਪਿਓ ਦਾ ਨਾਂ ਨਾ ਸਾਰਾ ਕਰੋ ਜੇ ਝੂਠ ਬੋਲਿਆ ਮੈਂ ਮੈਂਟ ਲਾਉਣਾ ਪਤਾ ਕਰਨ ਨੂੰ ਮੇਰੇ ਬੰਦੇ ਹੈਗੇ ਉੱਥੇ ਤੇਰੇ ਜੁੱਤੀ ਵੀ ਫੇਰਾਂਗੇ ਪੂਰਾ ਡਰੈਸ ਰੱਸ ਮੋਇਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਾਂਗੇ ਮੁੱਲਾਪੁਰ ਦੇ ਇਸ ਵੀਡੀਓ ਦੇ ਬਾਰੇ ਮੁੱਲਾਪੁਰ ਦੇ ਵਿੱਚ ਇਸ ਚੋਰ ਨੂੰ ਫੜਿਆ ਗਿਆ ਹੈ ਜਿਸ ਨੇ ਮੋਟਰਸਾਈਕਲ ਚੋਰੀ ਕੀਤਾ ਹੈ ਦੱਸਿਆ ਜਾ ਰਿਹਾ ਕਿ ਇਸ ਬੰਦੇ ਨੇ ਮੋਟਰਸਾਈਕਲ ਮੋਗੇ ਤੋਂ ਚੋਰੀ ਕੀਤਾ ਮੋਗੇ ਤੋਂ ਚੋਰੀ ਕਰਕੇ ਮੋਟਰਸਾਈਕਲ ਇਹ ਮੁੱਲਾਪੁਰ ਦੇ ਵੱਲ ਜਾ ਰਿਹਾ ਸੀ ਅਤੇ ਮੁੱਲਾਪੁਰ ਦੇ ਵਿੱਚ ਹੀ ਇਸ ਨੂੰ ਫੜ ਲਿਆ ਗਿਆ ਜਦੋਂ ਮੁੱਲਾਪੁਰ ਦੇ ਵਿੱਚ ਇਸ ਨੂੰ ਫੜਿਆ ਗਿਆ ਤਾਂ ਇਸ ਦੀ ਅਸਲੀਅਤ ਸਾਹਮਣੇ ਆ ਗਈ ਤੁਸੀਂ ਦੇਖ ਸਕਦੇ ਹੋ ਬੰਦੇ ਦਾ ਅੰਮ੍ਰਿਤ ਛਕਿਆ ਹੋਇਆ ਹੈ ਖੱਟਾ ਸਾਫ਼ ਹੈ ਇਸ ਦੇ ਹੱਥ 'ਚ ਹੈ ਪਰ ਸਿਰ ਦੇ ਉੱਪਰ ਇਸ ਦੇ ਵਾਲ ਹੀ ਨਹੀਂ ਹਨ ਯਾਨੀ ਕਿ ਕੇਸ ਇਸ ਦੇ ਹੈ ਹੀ ਨਹੀਂ ਹੁਣ ਇੱਥੋਂ ਇਹ ਸਾਬਤ ਹੁੰਦਾ ਹੈ ਕਿ ਸਿਰਫ ਸਿੱਖੀ ਨੂੰ ਬਦਨਾਮ ਕਰਨ ਦੇ ਵਾਸਤੇ ਜਾਂ ਸਿੱਖੀ ਦਾ ਮਿਸਯੂਜ਼ ਕਰਨ ਵਾਸਤੇ ਇਹਨਾਂ ਨੇ ਬਾਣਾ ਪਾਇਆ ਕਿ ਸਾਡੇ 'ਤੇ ਕੋਈ ਸ਼ੱਕ ਨਾ ਕਰੇ ਬਾਕੀ ਇਹਨਾਂ ਦਾ ਸਿੱਖੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇੱਦਾਂ ਦੇ ਲੋਕ ਸਿੱਖੀ ਨੂੰ ਬਦਨਾਮ ਕਰਦੇ ਨੇ ਇਹਨਾਂ ਨੂੰ ਗੁਰੂ ਦਾ ਬਿਲਕੁਲ ਵੀ ਭੈ ਨਹੀਂ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਬੰਦੇ ਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਕਿੱਥੋਂ ਦਾ ਇਹ ਬੰਦਾ ਹੈ ਕਿਹੜਾ ਇਸਦਾ ਪਿੰਡ ਹੈ ਸਾਰਾ ਏਰੀਆ ਐਡਰੈਸ ਇਸਦਾ ਦੱਸਿਆ ਗਿਆ ਹੈ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੇ ਅੱਗੇ ਵੀਡੀਓ ਤੁਸੀਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਪੰਜਾਬ ਅਤੇ ਦੇਸ਼ ਦੁਨੀਆ ਦੀ ਖਬਰ ਨੂੰ ਦੇਖਣ ਦੇ ਲਈ ਔਰ ਦੋਸਤੋ ਜੇਕਰ ਕੋਈ ਬੰਦਾ ਇਸ ਬੰਦੇ ਦੇ ਏਰੀਏ ਦੇ ਵਿੱਚੋਂ ਹੀ ਵੀਡੀਓ ਦੇਖ ਰਿਹਾ ਹੈ ਤਾਂ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸੇ ਕਿ ਇਸ ਬੰਦੇ ਦੀ ਅਸਲ ਸੱਚਾਈ ਕੀ ਹੈ ਆਹ ਬਾਈ ਇੱਕ ਬੰਦਾ ਫੜਿਆ ਮੋਟਰ ਚੌਂਕ ਧੂਰਕੋਟ ਧੂਰਕੋਟ ਵਾਲੇ ਕਿਹੜਾ ਕਿਹੜਾ ਜਾਣਦਾ ਜਿਹੜੀ ਆਹ ਤਿੰਨ ਧੂਰਕੋਟਾਂ ਇਕੱਠੀਆਂ ਨੇ ਆਹ ਦੇਖ ਲਓ ਅੰਮ੍ਰਿਤ ਛਕਿਆ ਸਿਰ ਤੋਂ ਰੋਡਾ ਕਿਹੜਾ ਪਿੰਡ ਹੈ ਤੇਰਾ ਕਿਹਦਾ ਮੁੰਡਾ ਕਿਹਦਾ ਮੁੰਡਾ ਕਿਹੜੀ ਧੂਰਕੋਟ ਹੈ ਇੱਕ ਤਾਂ ਗੂੰਹ ਵਾਲੀ ਧੂਰਕੋਟ ਆ ਕਿਹੜੀ ਪੂਰੀ ਦੱਸ ਕਿਹੜੀ ਧੂਰਕੋਟ ਆਹ ਫਰੀਦਕੋਟ ਵਾਲੇ ਆਹ ਦੇਖ ਲਓ ਤੁਹਾਡੇ ਤੂੰ ਇੱਧਰ ਮੂੰਹ ਕਰ ਆਹ ਫਰੀਦਕੋਟ ਧੂਰਕੋਟ ਦਾ ਮੋਟਰਸਾਈਕਲ ਚੋਰੀ ਕਰਦਾ ਤੇ ਸਮਝਦਾ ਆਹ ਦੇਖ ਲਓ ਅੰਮ੍ਰਿਤ ਸਾਹਿਬ ਸਕਿਆ ਸ੍ਰੀ ਸਾਹਿਬ ਪਾਇਆ ਹੋਇਆ ਆਪਣਾ ਕਿਹੜਾ ਏਰੀਆ ਹੈ ਮੁੱਲਾਪੁਰ ਕੋਲੇ ਫੜਿਆ ਐਂ ਕਰ ਆਪਣੇ ਪਿਓ ਦਾ ਨਾਂ ਨਾ ਸਾਰਾ ਕਰੋ ਜੇ ਝੂਠ ਬੋਲਿਆ ਮੈਂ ਮੈਂਟ ਲਾਉਣਾ ਪਤਾ ਕਰਨ ਨੂੰ ਮੇਰੇ ਬੰਦੇ ਹੈਗੇ ਉੱਥੇ ਤੇਰੇ ਜੁੱਤੀ ਵੀ ਫੇਰਾਂਗੇ ਪੂਰਾ ਡਰੈਸ ਦੱਸ ਮੋਬਾਈਲ ਨੰਬਰ ਦੱਸ ਆਪਦਾ ਹੋਰ ਨੰਬਰ ਤੇਰਾ ਮੋਬਾਈਲ ਨੰਬਰ ਕੀ ਆ ਆਹ ਜਾਣ ਦਿਓ ਧੂਰਕੋਟ ਵਾਲਾ ਦੇਖ ਲਓ ਤੁਹਾਡੇ ਪਿੰਡਾਂ ਦਾ ਹੀ ਆ ਫਿਰ ਕਹਿਣ ਪੰਜਾਬੀ ਬੰਦੇ ਦੀ ਵੀਡੀਓ ਪਾ ਦੀ ਹੁਣ ਇਹਨੂੰ ਛੱਡਣ ਚੱਲੇ ਆ ਬਾਇਜ਼ਤ ਸੇਵਾ ਸੁਵਾ ਤਾਂ ਨਹੀਂ ਕੀਤੀ ਨੀ ਮੈਂ ਤਾਂ ਕਿਹਾ ਸੀ ਸੇਵਾ ਕਰ ਦਿੰਦੇ